किसानी अंदोलन च शहीद होए किसानां दे परिवारां दे टुटे सुपने। घर दियां मजबूरियां बनियां बच्चियां दे भविख दा रोड़ा। ਭਾਵੇਂ ਸੈਂਟਰ ਸਰਕਾਰ ਨੇ ਗੁਰਪੁਰਬ ਵਾਲੇ ਦਿਨ ਐਲਾਨ ਕਰ ਦਿੱਤਾ ਸੀ ਕਿ ਕਿਸਾਨੀ ਬਿੱਲ ਰੱਦ ਕੀਤੇ ਜਾਣਗੇ, ਪਰ ਕਿਸਾਨਾਂ ਨੇ ਵੀ ਲਿਖਤੀ ਰੂਪ ਵਿੱਚ ਉਸਦੀ ਮੰਗ ਰੱਖੀ ਹੈ। ਕਾਲੇ ਕਾਨੂੰਨ ਰੱਦ ਹੋਣ ਮਗਰੋਂ ਹਰ ਕਿਸਾਨ ਦੇ ਚਿਹਰੇ ਦੀ ਰੌਣਕ ਵੱਖਰੇ ਤਰੀਕੇ ਨਾਲ ਦੇਖਣ ਨੂੰ ਮਿਲੀ, ਪਰ ਉਹਨਾਂ ਪਰਿਵਾਰਾਂ ਦੇ ਚਿਹਰੇ ਅੱਜ ਵੀ ਮੁਰਝਾਏ ਹੋਏ ਹਨ ਜਿਨ੍ਹਾਂ ਕਿਸਾਨਾਂ ਨੇ ਇਸ ਅੰਦੋਲਨ ਦੇ ਵਿੱਚ ਸ਼ਹੀਦੀ ਦਿੱਤੀ, ਕਿਉਂਕਿ ਸਰਕਾਰਾਂ ਨੇ ਇਹਨਾਂ ਪਰਿਵਾਰਾਂ ਨੂੰ ਵੀ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਨੌਕਰੀ ਨਹੀਂ ਮਿਲੀ। ਬੱਚਿਆਂ ਦੇ ਭਵਿੱਖ ਖਰਾਬ ਹੋ ਰਹੇ ਨੇ। ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਯਾਦਪੁਰ ਸੇਖਵਾਂ ਦਾ ਹੈ, ਜਿੱਥੋਂ ਦਾ ਹਰਪਾਲ ਸਿੰਘ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਜਾਂਦਾ ਹੈ, ਜਿਸ ਦੀਆਂ 5 ਧੀਆਂ ਅਤੇ 1 14-15 ਸਾਲਾਂ ਦਾ ਪੁੱਤ ਹੈ ਜੋ ਪੜ੍ਹਾਈ ਕਰਦਾ ਹੈ। ਧੀਆਂ ਦਾ ਵਿਆਹ ਹੋ ਗਿਆ, ਪਰ ਇੱਕ ਧੀ ਦਾ ਤਲਾਕ ਹੋ ਚੁੱਕਾ ਹੈ ਜੋ ਆਪਣੀ ਮਾਂ ਦੇ ਨਾਲ ਰਹਿੰਦੀ ਹੈ। ਧੀ ਵੀ ਕਿਤੇ ਨਾ ਕਿਤੇ ਆਪਣੇ ਦਰਦ ਲਈ ਆਪਣੀ ਮਾਂ ਕੋਲ ਬੈਠੀ ਹੈ। ਜੇਕਰ ਅੱਜ ਪਿਓ ਜਿਉਂਦਾ ਹੁੰਦਾ ਤਾਂ ਉਹ ਵੀ ਆਪਣੇ ਸਹੁਰੇ ਘਰ ਹੁੰਦੀ ਅਤੇ ਭਰਾ ਨੇ ਪੜ੍ਹ ਲਿਖ ਕੇ ਇੱਕ ਚੰਗਾ ਅਫਸਰ ਬਣ ਜਾਣਾ ਸੀ। ਪਰਿਵਾਰ ਦੀ ਹੱਡ ਬੀਤੀ ਜਾਣਦਿਆਂ ਉਹਨਾਂ ਦੀ ਹੀ ਜ਼ੁਬਾਨੀ, ਇਹ ਮੇਰਾ ਛੋਟਾ ਭਰਾ ਵਾ, ਇਹਦੇ 'ਤੇ ਮਤਲਬ ਸਾਰਾ ਜਿਹੜਾ ਬੋਝ ਵਾ ਪਰਿਵਾਰ ਦਾ ਉਹ ਸਾਰਾ ਇਹਦੇ ਉੱਤੇ ਪੈ ਗਿਆ ਵਾ। ਅਤੇ ਹੁਣ ਵਿਚਾਰਾ ਆਪਣੀ ਪੜ੍ਹਾਈ ਵੀ ਇੱਦਾਂ ਹੀ ਉਹਦੀ ਅੱਧ 'ਚ ਛੁੱਟ ਗਈ ਆ, ਵੀ ਸਕੂਲ ਜਾਂਦਾ ਵਾ, ਵੀ ਕਦੀ ਕਦਾਂ ਹੀ ਮਤਲਬ ਜਿੱਦਾਂ ਵਿੱਚੋਂ ਸਕੂਲ ਚਲ ਜਾਂਦਾ ਵਾ, ਪਰ ਅੱਗੇ ਤਾਂ ਰੈਗੂਲਰ ਜਾਂਦਾ ਸੀਗਾ। ਅਤੇ ਹੁਣ ਵੀ ਡੈਡੀ ਦੀ ਜਿੱਦਾਂ ਡੈਥ ਹੋਣ ਕਰਕੇ ਅਤੇ ਸਾਰਾ ਜਿਹੜਾ ਬੋਝ ਵਾ ਇਹਦੇ ਸਿਰ 'ਤੇ ਪੈ ਗਿਆ ਆਉਣ ਜਾਣ ਦਾ, ਸਾਰੀ ਘਰ ਦੀ ਜ਼ਿੰਮੇਵਾਰੀ ਜੋ ਵੀ ਅੱਗੇ ਬਾਪ ਦਿੰਦੇ ਆ, ਕੋਈ ਫਿਕਰ ਨਹੀਂ ਇਹਨੂੰ ਕੋਈ ਵੀ, ਅਤੇ ਪਰ ਹੁਣ ਵਿਚਾਰੇ ਨੂੰ ਸਾਰਾ ਕੁਝ ਇਹਨੂੰ ਕਰਨਾ ਪੈਂਦਾ ਵਾ ਐਡਜਸਟ। ਸਰਕਾਰ ਵੱਲੋਂ ਮਦਦ ਮਿਲੀ ਹੈ? ਹਾਂਜੀ, ਨਹੀਂ ਕੋਈ ਮਦਦ ਨਹੀਂ ਮਿਲੀ ਸਰਕਾਰ ਵੱਲੋਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਬਹੁਤ ਲੰਮੇ ਸਮੇਂ ਤੋਂ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਸਨ। ਉਹਨਾਂ ਕਿਹਾ ਕਿ ਸਾਨੂੰ ਸਮੇਂ ਸਮੇਂ ਉੱਤੇ ਇਸ ਕਿਸਾਨੀ ਅੰਦੋਲਨ ਬਾਰੇ ਦੱਸਦੇ ਰਹਿੰਦੇ ਸੀ ਅਤੇ ਦਿੱਲੀ ਅੰਦੋਲਨ ਜਾਣ ਲਈ ਕਹਿੰਦੇ ਰਹਿੰਦੇ ਸੀ। ਮੇਰੀਆਂ ਸਾਰੀਆਂ ਭੈਣਾਂ ਨੇ ਇਸ ਅੰਦੋਲਨ ਦੇ ਵਿੱਚ ਆਪਣੀ ਹਾਜ਼ਰੀ ਪਾਈ ਹੈ। ਹੁਣ ਘਰ ਦਾ ਗੁਜ਼ਾਰਾ ਆਪਾਂ ਇੱਦਾਂ ਹੀ ਖੇਤੀਬਾੜੀ ਕਰੀਦੀ ਹੈ ਅਤੇ ਅੱਗੇ ਪੜ੍ਹੀਦਾ ਸੀ, ਅਤੇ ਹੁਣ ਸਕੂਲ ਵੀ ਕਦੀ ਕਦੀ ਜਾਈਦਾ ਵਾ, ਅਤੇ ਰੈਗੂਲਰ ਜਾਂਦਾ ਸੀ, ਅਤੇ ਹੁਣ ਜਦੋਂ ਦੀ ਡੈਥ ਹੋ ਗਈ ਆ ਹੁਣ ਕਦੀ ਕਦੀ ਜਾਂਦਾ। ਹਾਂਜੀ, ਹਾਂਜੀ, ਕੋਈ ਨਹੀਂ, ਖੇਤੀਬਾੜੀ ਕਰੀਦੀ ਆ, ਹੋਰ ਕੁਛ ਨਹੀਂ ਕਰੀਦਾ। ਛੋਟੀ ਉਮਰੇ ਬੋਝ ਪੈ ਗਿਆ ਪੰਜਾਂ ਭਰਾਵਾਂ? ਹਾਂਜੀ, ਬੋਝ ਪੈ ਗਿਆ। ਸਰਕਾਰਾਂ ਨੇ ਕਿਹਾ ਸੀ ਨੌਕਰੀਆਂ ਨਾ ਕਰਦਾ, ਕੀ ਹੈ ਕੋਈ ਕਾਲ ਕੂਲ ਆਈ? ਨਹੀਂ, ਅਜੇ ਤੱਕ ਤਾਂ ਨਹੀਂ ਕੋਈ ਵੀ ਨੌਕਰੀ ਨਾ ਕੋਈ ਕਾਲ ਆਈ ਆ, ਕੁਛ ਨਹੀਂ ਆਇਆ। ਪਿਓ ਨੇ ਸੁਪਨੇ ਦੇਖੇ ਸੀ, ਪਰ ਉਹ ਸੁਪਨੇ ਕਿਤੇ ਨਾ ਕਿਤੇ ਅੱਜ ਮਜਬੂਰੀਆਂ ਬਣ ਕੇ ਰਹਿ ਗਏ ਨੇ, ਅਤੇ ਨਾਲ ਹੀ ਇਹ ਸੁਪਨੇ ਗਰੀਬੀ ਦੇ ਵਿੱਚ ਡੁੱਬ ਚੁੱਕੇ ਨੇ। ਅਤੇ ਇੱਦਾਂ ਬਸ ਇਹੋ ਆਉਂਦੇ ਕਿ ਮੈਂ ਇੱਦਾਂ ਮੈਨੂੰ ਮੈਂ ਜਾਣਾ ਫਿਰ ਚੱਲ ਜਾਣਾ ਫਿਰ ਚੱਲ ਜਾਣਾ, ਇੱਦਾਂ ਕਰਦੇ ਕਰਦੇ ਬਸ ਗੱਲਾਂ ਕਰਦੇ ਦਿਲ ਤੋਂ ਜਾਣਾ ਪਿਆ। ਅਤੇ ਨਾ ਕੋਈ ਨਹੀਂ, ਸਾਨੂੰ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੁੰਦਾ। ਹਾਂ।